ਰਿੰਗ, ਗੋਲਡ ਦੀ ਰਿੰਗ ਆਪਾਂ ਮੰਮੀ ਨੂੰ ਗਿਫਟ ਦਿੱਤੀ ਹੈ, ਇੱਥੇ ਪਾਪਾ ਨੇ ਹੈਗਾ ਦਿੱਤੀ ਜੀ ਹੈ। ਅੱਖਾਂ ਦਾ ਕੈਂਪ, ਅੱਖਾਂ ਦਾ ਕੈਂਪ ਲਵਾਇਆ ਸੀਗਾ ਫ੍ਰੀ। ਹੁਣ ਤਾਂ ਵੇਲ ਵੱਲ ਮਰ ਗਿਆ ਉਹ, ਪਰ ਉਹਨੇ ਕੀ ਕਰਨਾ, ਜਿਵੇਂ ਕਿਸੇ ਨੂੰ ਕਹਿ ਦੇਣਾ ਦਾਰੂ ਇੱਥੇ ਰੱਖ ਦਿਓ, ਉਹ ਰੱਖ ਦੇਣੀ ਸੀ, ਰਾਤ ਨੂੰ ਸਾਲਾ ਆਪ ਹੀ ਆ ਕੇ ਚੱਕ ਕੇ ਲੈ ਜਾਂਦਾ ਸੀਗਾ ਪੈਗ ਲਾਉਣ ਦੇ ਮਾਰੇ। ਵਾ ਆਹਦੇ ਬਾਈ ਲੋਕਾਂ ਦੇ ਟੂਣੇ ਕੀਤੇ ਹੋਏ ਦੇਖੋ ਬਾਈ, ਕਲੇਜੀਆਂ। ਹਾਂਜੀ ਵੀ ਮਿੱਤਰੋ, ਕੀ ਹਾਲ ਚਾਲ ਹੈ ਜੀ? ਅੱਜ ਹੈਗਾ ਆਪਣਾ ਨੈਕਸਟ ਵਲੌਗ, ਅਤੇ ਵਲੌਗ ਅੱਜ ਹੈਗਾ ਮਾਤਾ ਦਾ ਜਨਮ ਦਿਨ। ਮੈਂ ਆਪਣੇ ਫੋਨ ਦੀ ਫਲੈਸ਼ ਉਹ ਕੀਤੀ ਹੋਈ ਆ, ਮੈਂ ਪਾਉਂਦਾ ਵੀ ਸਾਡੇ ਫੋਨ ਤੋਂ ਲਾਈ ਹੋਈ ਆ। ਮੰਮੀ ਨਾਲ ਜਨਮ ਦਿਨ ਆ, ਅਤੇ ਆਪਾਂ ਮੰਮੀ ਨੂੰ ਕਰਨ ਲੱਗੇ ਰੋਟੀ, ਨਾਲ ਆਪਣੇ ਵੀਰਾ ਵੀ ਆ ਅਤੇ ਡੈਡੀ ਵੀ ਆ। ਆਂਟੀ ਜੀ ਹਾਂ, ਹੈਪੀ ਬਰਥਡੇ ਮੰਮੀ। ਅਤੇ ਆਪਾਂ ਪਹਿਲਾਂ ਤਾਂ ਵੈਸੇ ਕੇਕ ਕੱਟ ਲਿਆ ਸੀਗਾ, ਉਹਦੀ ਮੈਂ ਵੀਡੀਓ ਮੈਂ ਵਿੱਚ ਲਗਾ ਦੂੰਗਾ। ਅਤੇ ਹੁਣ ਆਪਾਂ ਮੰਮੀ ਨੂੰ ਰੋਟੀ ਰੋਟੀ ਕਰੀਏ। ਅਤੇ ਆ ਵੀ ਗਿਫਟ ਦਾ ਕੀ ਬਣਿਆ ਮੰਮੀ ਦੇ? ਸਵੇਰੇ ਹੋਊਗਾ, ਕਿਉਂਕਿ ਥੋੜ੍ਹੀ ਜਿਹੀ ਦਿੱਕਤ ਹੋ ਗਈ ਸੀਗੀ, ਉਹ ਤੁਹਾਨੂੰ ਬਾਅਦ 'ਚ ਦੱਸਾਂਗੇ ਵੀ ਗਿਫਟ ਵੀ ਕੀ ਆ ਕੀ ਨਹੀਂ ਹੈਗਾ। ਠੀਕ ਹੈ ਨਾ ਮੰਮੀ? ਉਹ ਵੀ ਆ ਹੈਗਾ ਰੈਡ ਲੇਵ, ਇੱਥੇ ਆਪਾਂ ਮੰਮੀ ਨੂੰ ਰੋਟੀ ਕਰ ਦਿੰਦੇ ਹਾਂ ਅੱਜ, ਯਾਨੀ ਕਿ ਡਿਨਰ। ਮੰਮੀ ਵੀ ਖੁਸ਼ ਹੋਜੂ, ਆਪਾਂ ਵੀ ਖੁਸ਼ ਹੋ ਜਾਵਾਂਗੇ, ਕਿਉਂਕਿ ਅੱਜ ਦੇਖ ਲਓ, ਚੱਲ ਛੱਡੋ ਆਹ ਦੇਖ ਲਓ, ਮੰਮੀ ਸਾਡੀ ਸੋਹਣੀ ਲੱਗਦੀ ਨਾ ਇੱਧਰ, ਸਵੇਰੇ ਸਰਪ੍ਰਾਈਜ਼ ਆ ਬੜਾ ਘੈਂਟ ਜਿਹਾ। ਹਾਂ ਬਈ ਅੰਦਰੋਂ ਬੜਾ ਘੈਂਟ ਬਣਾਇਆ ਹੋਇਆ, ਪਰ ਹਜੇ ਖਾਲੀ ਪਿਆ ਹੁੰਦਾ, ਜਦੋਂ ਵੀ ਮੈਂ ਉਹਨਾਂ ਨੇ ਹਮੇਸ਼ਾ ਖਾਲੀ ਹੁੰਦਾ, ਇਹ ਬੜਾ ਘੈਂਟ। ਕਿੱਧਰ ਖਾਲੀ ਦੇਖ ਕੇ ਸਾਰਾ ਕੁਛ ਇੱਦਾਂ ਹੀ ਹੁੰਦਾ ਬਾਈ। ਇੱਕ ਆਪਾਂ ਲਈ ਆ ਦਾਲ ਮੱਖਣੀ, ਇੱਕ ਆਪਾਂ ਲਏ ਆ ਮਸ਼ਰੂਮਸ, ਸਭ ਨੇ ਉਹੀ ਲਏ ਆ, ਬਾਕੀ ਜੋ ਇਹਨਾਂ ਨੂੰ ਪਸੰਦ ਹੋਊਗਾ ਉਹ ਲੈ ਲਾਂਗੇ। ਹੁਣ ਆਪਾਂ ਉਹ ਵੀ ਹੁਣ ਆਪਾਂ ਘਰ ਨੂੰ ਚੱਲੀਏ, ਰੋਟੀ ਰੋਟੀ ਤਾਂ ਬੁਖਾਰੀ ਬੜੀ ਘੈਂਟ ਸੀਗੀ ਰੋਟੀ। ਇਸ ਵਕਤ ਵੀ ਦੇਖ ਲਓ ਕਿੰਨਾ ਰੋਡ ਚੱਲ ਰਿਹਾ ਵਾ। ਮੰਮੀ ਦਾ ਗਿਫਟ ਆਪਾਂ ਕੱਲ੍ਹ ਨੂੰ ਦੇਵਾਂਗੇ, ਕਿਉਂਕਿ ਯਾਰ ਅੱਜ ਸੀਗੇ ਬੈਂਕਾਂ ਬੰਦ, ਥੋੜ੍ਹੇ ਜਿਹੇ ਪੈਸੇ ਜ਼ਿਆਦਾ ਚਾਹੀਦੇ ਉਹ ਚੀਜ਼ ਨੂੰ, ਐਕਸਪੈਂਸਿਵ ਚੀਜ਼ ਥੋੜ੍ਹੀ ਜਿਹੀ, ਉਹ ਤੁਹਾਨੂੰ ਦਿਖਾਈ ਦੇਵਾਂਗੇ, ਦੇਖਦੇ ਹਾਂ ਕੱਲ੍ਹ ਲੈ ਆਉਂਦੇ ਹਾਂ ਫਿਰ। ਉਹ ਵੀ ਰਾਤ ਦੇ ਵੱਜੇ ਹੋਏ ਆ, ਲਗਭਗ 10 ਵਜਣ ਵਾਲੇ ਹੋ ਗਏ, ਅਸੀਂ ਗੇੜਾ ਕਢਣਾ ਸੀ ਮੈਂ ਅਤੇ ਵੀਰਾ। ਆਹ ਸਾਹਮਣੇ ਦਰਖਤ ਆ, ਇਹ ਤਾਂ ਬਹੁਤ ਹਨੇਰਾ ਪੈਂਦਾ, ਇਹਦੇ ਥੱਲੇ ਕੀਤੇ ਹੋਏ ਬਹੁਤ ਸਾਰੇ ਟੂਣੇ। ਸਾਡੇ ਪਿੰਡ ਦਾ ਇੱਕ ਬੰਦਾ ਆਉਂਦਾ ਸੀਗਾ, ਹੁਣ ਤਾਂ ਵੇਲ ਵੱਲ ਮਰ ਗਿਆ ਉਹ, ਪਰ ਉਹਨੇ ਕੀ ਕਰਨਾ, ਜਿਵੇਂ ਕਿਸੇ ਨੂੰ ਕਹਿ ਦੇਣਾ ਦਾਰੂ ਇੱਥੇ ਰੱਖ ਦਿਓ, ਉਹ ਰੱਖ ਦੇਣੀ ਸੀ, ਰਾਤ ਨੂੰ ਸਾਲਾ ਆਪ ਹੀ ਆ ਕੇ ਚੱਕ ਕੇ ਲੈ ਜਾਂਦਾ ਸੀਗਾ ਪੈਗ ਲਾਉਣ ਦੇ ਮਾਰੇ। ਵਾ ਹੈ ਉਹ 'ਚ ਕੁਛ ਨਹੀਂ ਸੀ, ਬਸ ਆਹ ਦਰਖਤ ਆ, ਹਜੇ ਤਾਂ ਹਨੇਰਾ ਵਾ ਵਾ ਵਾ, ਹੁਣ ਗੱਡੀ ਆਉਂਦੀ ਨਾ ਲਾਈਟ ਪਊਗੀ, ਇੱਕ ਮਿੰਟ ਤੁਹਾਨੂੰ ਦਿਖਾਉਣਾ। ਆਹ ਦਰਖਤ ਆ ਲਾ ਦੇਖਿਓ, ਅਤੇ ਇੱਥੇ 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 ਕੀਤਾ ਹੋਊਗਾ ਉਹ, ਨਾਲ ਹੁਣ ਭਾਲੇ ਹੋਣੀ ਸੀਗੇ ਉਹ ਪਿੱਛੇ ਚਲੇ ਗਏ, ਉਹਨਾਂ ਨੇ ਟੂਣੇ ਦੀ ਭੈਣ ਕਰੀ ਆ ਹੁਣ ਪੂਰੀ। ਸੱਚੀ ਦੱਸਾਂ ਕਿੱਥੇ ਕੀਤਾ ਹੋਇਆ ਦੇਖੀ, ਬਾਕੀ ਸੁਣ ਨੁਕਸਾਨ ਪਿਆ ਦੇਖੋ, ਇੱਧਰ ਕਿਤੇ ਤੁਹਾਨੂੰ ਕੁਛ ਦਿਖਦਾ, ਦੂਰ ਦੂਰ ਤੱਕ ਲਾਈਟਾਂ ਹੀ ਦਿਖਦੀਆਂ, ਹਨੇਰਾ ਪਿਆ। ਆਹ ਦੇ ਕੀਤਾ ਹੋਇਆ ਟੂਣਾ, ਆਹਦੇ ਟੂਣਾ ਉਹ ਇੱਧਰ ਰੋਕੀ ਅੰਡਾ ਪਿਆ ਨਾ ਰੋਕੀ ਮਗਰ। ਆਹਦੇ ਬਾਈ ਲੋਕਾਂ ਦੇ ਟੂਣੇ ਕੀਤੇ ਹੋਏ ਦੇਖੋ ਬਾਈ, ਕਲੇਜੀਆਂ ਰੱਖੀਆਂ ਨੇ ਭੈਣ, ਕਰਦ ਕੁਰਦ ਬਾਅਦ ਕੀ ਰੱਖਿਆ, ਆਂਡੇ ਉਂਡੇ ਕੀ ਰੱਖਿਆ, ਕਲੇਜੀਆਂ ਕਲੂਜੀਆਂ ਹੈ ਨਾ, ਕਰਦਾਂ ਕੁੜਦਾਂ ਕੀ ਕੰਦ ਮਾਰਿਆ, ਇਹ ਮਤਲਬ ਉਹ ਤਾਂ ਚੱਜ ਨਾਲ ਰੱਖ ਕੇ ਗਏ ਹੋਣਗੇ। ਹਾਂ ਭਾਲੇ ਉਹਨਾਂ ਨੇ ਕੀਤਾ ਹੋਇਆ, ਪੁੱਠੇ ਫੁੱਲ ਰੱਖਿਆ ਹੋਇਆ ਵਾ, ਹਾਂ ਲੱਡੂ ਰੱਖੇ ਹੋਏ ਨੇ, ਆਹ ਕਿਸੇ ਨੇ ਆਹ ਕਾਗਜ਼ ਜਿਹੇ ਤਾਂ ਦੇਖੋ ਕੀ ਘਾਚਾ ਮਾਚਾ ਆ, ਕੁਛ ਕਰਕੇ ਕਿਸੇ ਦੀ ਫੋਟੋ ਫੋਟੋ ਕੁਛ ਕੀਤਾ ਹੋਊ ਇਹਨਾਂ ਨੇ। ਪੁੱਠੇ ਪੰਗੇ ਟੂਣਿਆਂ ਟਾਣਿਆਂ 'ਤੇ ਨਹੀਂ ਵੀ ਵਿਸ਼ਵਾਸ ਕਰ, ਤੇਰੀ ਟੂਣਿਆਂ ਟਾਣਿਆਂ 'ਤੇ ਨਹੀਂ ਵਿਸ਼ਵਾਸ ਵੀ ਕਰਨਾ ਚਾਹੀਦਾ, ਇਹ ਐਵੇਂ ਹੀ ਹੁੰਦੀਆਂ ਨੇ ਇਹ ਚੀਜ਼ਾਂ। ਆਜਾ ਆਜਾ ਇੱਧਰ ਨੂੰ ਆਜਾ, ਕੱਲ੍ਹ ਪਰਸੋਂ ਬਈ ਆਹੀ ਮੋੜ 'ਤੇ ਜਿਹੜਾ ਤੁਹਾਨੂੰ ਦਰਖਤ ਦਿਖਾਏ ਰਹੇ ਥੱਲੇ ਨਾ, ਦੋ ਬੰਦੇ ਖੜ੍ਹੇ ਸੀਗੇ, ਅਤੇ ਉਹਦੀਆਂ ਫੋਟੋਆਂ 'ਤੇ ਕੀ ਲਾਉਣੀਆਂ, ਉਹ ਕਿਰਚਾਂ ਜਿਹੀਆਂ ਸੀ ਉਹਨਾਂ ਕੋਲ ਕਾਫੀ, ਆਪਣਾ ਹੈਗਾ ਸੰਗਵਾਲ ਦਾ ਬੰਦਾ, ਉਹਨੂੰ ਮਤਲਬ ਵੜ ਦੇਣਾ ਸੀ, ਉਹ ਤਾਂ ਭੱਜ ਗਿਆ। ਉਹਨਾਂ ਨੇ ਕੀ ਕੀਤਾ ਫਿਰ, ਉਹ ਆਪਦੀ ਦੁਕਾਨ 'ਚੋਂ 4-5 ਬੰਦੇ ਲਿਆਂਦੇ, ਫੈਂਟੀ ਚੜ੍ਹੀ ਉਹਨਾਂ ਦੀ ਇਹੋ ਜਿਹੀ ਥਾਣੇ ਫੜਾਤੇ ਸੀਗੇ, ਇਹੋ ਜਿਹੀਆਂ ਚੀਜ਼ਾਂ ਤੋਂ ਨਾ ਬਚ ਕੇ ਰਿਹਾ ਕਰੋ, ਨਾਲੇ ਦਿਨ ਦੇ 4 ਵਜੇ ਸੀ, ਹੁਣ ਤਾਂ ਫਿਰ ਵੀ ਰਾਤ ਦੇ 10 ਵਜਣ ਵਾਲੇ ਹੋ ਗਏ। ਤਾਂ ਹੀ ਤਾਂ ਮੈਂ ਨਾਲ ਹਮੇਸ਼ਾ ਡੰਡਾ ਰੱਖ ਦਿੰਦਾ ਨਾ, ਕੁਝ ਜਾਂ ਕੁਝ ਨਾ ਕੁਝ ਆਪਣੇ ਨਾਲ ਹਮੇਸ਼ਾ ਹੁੰਦਾ ਵੀ ਇਹੋ ਜਿਹੀ ਸਿਚੁਏਸ਼ਨ 'ਚੋਂ ਨਿਕਲਣ ਵਾਸਤੇ। ਚਲੋ ਹੁਣ ਆਪਾਂ ਕੱਲ੍ਹ ਨੂੰ ਮਿਲਦੇ ਹਾਂ ਤੁਹਾਨੂੰ। ਲਓ ਵੀ ਮਿੱਤਰੋ, ਅੱਜ ਹੈਗਾ ਨੈਕਸਟ ਡੇ, ਅਤੇ ਆਪਾਂ ਆਏ ਹਾਂ ਅੱਜ ਬਾਬਾ ਮੇਖੋ, ਕਿਉਂਕਿ ਇੱਥੇ ਹੈਗਾ ਅੱਜ ਅੱਖਾਂ ਦਾ ਕੈਂਪ, ਅੱਖਾਂ ਦਾ ਕੈਂਪ ਲਵਾਇਆ ਸੀਗਾ ਫ੍ਰੀ, ਮਤਲਬ ਅੱਜ 23 ਤਰੀਕ ਆ,
ਫ੍ਰੀ ਅੱਖਾਂ ਦਾ ਮਤਲਬ ਜਿਹੜਾ ਚਿੱਟਾ ਮੋਤੀਆ ਹੁੰਦਾ ਵਾ ਉਹਦਾ ਆਪਰੇਸ਼ਨ ਵੀ ਹੋਊਗਾ ਅਤੇ ਬਾਕੀ ਸਭ ਕੁਝ ਵੀ ਹੋਊਗਾ ਜੇ ਆਪਾਂ ਕੈਂਪ ਲਵਾਇਆ ਸੀ ਇੱਥੇ ਇੱਥੇ ਆਏ ਸੀ ਕਾਫੀ ਸੰਗਤ ਆਈ ਹੋਈ ਆ ਆਪਾਂ ਲੰਗਰ ਪਾਣੀ ਦਾ ਵੀ ਇੱਥੇ ਪ੍ਰਬੰਧ ਕੀਤਾ ਮੈਂ ਵੀ ਪਹਿਲਾਂ ਆ ਗਿਆ ਸੀ ਪਰ ਮੈਂ ਵਲੋਗ ਬਣਾਉਣਾ ਭੁੱਲ ਗਿਆ ਮੈਂ ਕਿਹਾ ਯਾਰ ਵਲੋਗ ਤਾਂ ਬਣਾਉਣਾ ਬਣਦਾ ਹੈ ਨਾ ਡੈਡੀ ਵੀ ਕਹਿੰਦਾ ਵੀਡੀਓ ਬਣਾ ਅਤੇ ਮੈਂ ਕਿਹਾ ਚਲੋ ਵੀ ਬਣਾ ਦਿੰਦੇ ਹਾਂ ਰਾਤ ਜਿਹੜਾ ਟੂਣਾ ਹੋਇਆ ਨਾ ਬਈ ਉਹ ਇਹੋ ਜਿਹਾ ਵਹਿਮ ਚੜਿਆ ਟੂਣੇ ਵਾਲਾ ਬਸ ਗੱਲ ਛੱਡ ਦਿਉ ਫਿਰ ਉਹ ਜਿਹੜਾ ਆਪਾਂ ਅੰਮ੍ਰਿਤਸਰ ਤੋਂ ਜਲ ਲੈ ਕੇ ਆਉਂਦਾ ਜੀ ਉਹ ਪੀਤਾ ਅਤੇ ਫਿਰ ਨਜ਼ਾਰੇ ਨਾਲ ਸੌਂ ਗਏ ਯਾਰ ਪਤਾ ਕੀ ਗੱਲ ਸੀ ਇੱਕ ਤਾਂ ਸ਼ਨੀਵਾਰ ਸੀਗਾ ਅਤੇ ਵੈਸੇ ਵੀ ਸ਼ਨੀਵਾਰ ਕਰਕੇ ਥੋੜ੍ਹਾ ਜਿਹਾ ਵਹਿਮ ਜਿਹਾ ਹੋ ਗਿਆ ਨਹੀਂ ਤਾਂ ਤੁਹਾਨੂੰ ਪਤਾ ਵਹਿਮ ਵੂਹਮ ਆਪਾਂ ਕਰੀਦਾ ਨਹੀਂ ਫੱਟੇ ਚੱਕ ਦੇਈਦੇ ਆ ਇਹੋ ਜਿਹਾ ਸੀਗਾ ਬਹੁਤ ਕੁਝ ਆਪਾਂ ਹੁਣ ਅੰਦਰ ਚੱਲਦੇ ਹਾਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦਾ ਸੰਗਤ ਸੁੰਗਤ ਮੈਂ ਤਾਂ ਪਹਿਲਾਂ ਹੁਣ ਪਰਚੀਆਂ ਕੱਟਣ ਲੱਗਿਆ ਹੋਇਆ ਸੀਗਾ ਲੋਕਾਂ ਦੇ ਨਾਮ ਨੂੰ ਵਾਲੀਆਂ ਇੰਨੇ ਲੋਕ ਚਲੋ ਆਪਾਂ ਨੂੰ ਤਾਂ ਵਧੀਆ ਹੀ ਆ ਵੀ ਵੱਧ ਤੋਂ ਵੱਧ ਸੰਗਤ ਆਵੇ ਤਾਂ ਪਹਿਲਾਂ ਆਪਾਂ ਅੰਦਰ ਦਿਖਾਉਂਦਾ ਦੇਖੋ ਬਾਈ ਅਜੇ ਤਾਂ ਅੱਧੇ ਜਣੇ ਚਲੇ ਗਏ ਇੱਧਰ ਸਾਹਮਣੇ ਉਹਦੇ ਨਾਲ ਦੇਖ ਕੇ ਦੇਖ ਪਹਿਲਾਂ ਚੈੱਕ ਕਰ ਰਹੇ ਨੇ ਬਈ ਆਹ ਬੱਸ ਵਿੱਚ ਉਹ ਲੋਕ ਨੇਗੇ ਜਿਨ੍ਹਾਂ ਦਾ ਚਿੱਟੇ ਮੋਤੀ ਦਾ ਆਪਰੇਸ਼ਨ ਹੋਣਾ ਫ੍ਰੀ ਇਹਨਾਂ ਨੂੰ ਆਪਾਂ ਇੱਥੋਂ ਭਿਜਵਾ ਦੇਣਾ ਅਤੇ 3 ਦਿਨਾਂ ਬਾਅਦ ਇਹਨਾਂ ਨੇ ਇੱਥੇ ਹੀ ਆ ਕੇ ਛੱਡ ਦੇਣਾ ਅਤੇ ਇਹ ਹੁਣ ਇੱਥੋਂ ਜਾਣਗੇ ਆ ਬੱਸ ਹੁਣ ਇੱਥੋਂ ਚੱਲੀ ਆ ਬੱਸ ਹੁਣ ਟਾਟਾ ਬਾਏ ਬਾਏ ਕਰਕੇ ਰਵਾਨਾ ਕਰ ਦਿੰਦੇ ਇਹਨਾਂ ਨੂੰ ਉਹ ਬਾਈ ਸਾਹਿਬ ਦੇਖੋ ਬਈ ਕਿੰਨਾ ਬੱਦਲ ਆ ਗਿਆ ਹੈ ਦੇਖ ਲਓ ਅੱਜ ਚਾਨਣ ਪਿਆ ਵਾ ਅਜੇ ਫਿਰ ਵੀ ਮਤਲਬ ਚਾਨਣ ਨਹੀਂ ਜਾਣੀ ਕਿ ਅਜੇ ਹਨੇਰਾ ਵੀ ਨਹੀਂ ਹੋਇਆ ਇੰਨਾ ਬੱਦਲ ਜਾਣੀ ਕਿ ਮੀਂਹ ਪੂਰਾ ਅੱਜ ਖਤਰਨਾਕ ਆਊਗਾ ਰੱਬ ਸੁੱਖ ਰੱਖੇ ਜਿਨ੍ਹਾਂ ਦੇ ਵਿਚਾਰਿਆਂ ਦੇ ਆੜ ਊੜ ਆਏ ਹੋਏ ਉਹ ਉਹਨਾਂ ਦਾ ਭਲਾ ਕਰੇ ਬਾਬਾ ਲੋ ਵੀ ਆਪਾਂ ਆ ਗਏ ਫੈਕਟਰੀ ਫੈਕਟਰੀ ਯਾਰ ਹਮੇਸ਼ਾ ਮੀਂਹ ਜਦੋਂ ਆਉਂਦਾ ਉਹਨਾਂ ਨੇ ਇੱਕ ਪੰਗਾ ਹੀ ਰਹਿੰਦਾ ਵਾ ਵੈਸੇ ਤਾਂ ਇੱਥੇ ਲਾਈਟ ਭੱਜੀ ਹੋਈ ਆ ਚਾਰਜਿੰਗ ਵਾਲਾ ਬੱਲਬ ਆ ਇਹ ਲਗਾਇਆ ਹੋਇਆ ਇੱਥੇ ਜਿਹੜੇ ਆਪਣੇ ਥੱਲੇ ਲਾਈਟ ਦੇਣ ਲਈ ਉੱਪਰ ਮੋਗੇ ਛੱਡੇ ਹੁੰਦੇ ਨੇ ਨਾ ਉਹਨਾਂ ਦੇ ਉੱਪਰ ਊਂ ਚਾਦਰਾਂ ਜਾਂ ਪਾਈਆਂ ਹੋਈਆਂ ਨੇ ਉਹਦਾ ਉੱਡਣਾ ਉੱਡਣ ਦਾ ਡਰ ਰਹਿੰਦਾ ਉਹਨਾਂ ਦਾ ਮਾੜਾ ਮੋਟਾ ਵਜਨ ਰੱਖਣਾ ਪੈਂਦਾ ਹੁੰਦਾ ਤਾਂ ਕਰਕੇ ਆਪਾਂ ਹੁਣ ਉਹੀ ਕਰਨ ਆਏ ਹਾਂਗੇ ਬਾਕੀ ਯਾਰ ਮੰਮੀ ਨੂੰ ਆਪਾਂ ਤੁਹਾਨੂੰ ਦੱਸਦੇ ਆਪਾਂ ਕੀ ਗਿਫਟ ਦਿੱਤਾ ਥੋੜ੍ਹੇ ਟਾਈਮ 'ਚ ਦੱਸ ਲਓ ਵੀ ਆਪਾਂ ਸਾਰਾ ਉੱਪਰ ਚੈੱਕ ਚੁੱਕ ਰਹੇ ਹਾਂ ਸਭ ਕੁਝ ਚੰਗੀ ਤਰ੍ਹਾਂ ਢੱਕ ਢੁੱਕ ਆਏ ਹਾਂਗੇ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਆਪਾਂ ਕੀ ਗਿਫਟ ਦਿੱਤਾ ਮੰਮੀ ਨੂੰ ਆਪਾਂ ਦਿੱਤਾ ਗੋਲਡ ਦੀ ਆਪਣੀ ਜਿਹੜੀ ਰਿੰਗ ਗੋਲਡ ਦੀ ਰਿੰਗ ਆਪਾਂ ਮੰਮੀ ਨੂੰ ਗਿਫਟ ਦਿੱਤੀ ਹੈ ਪਾਪਾ ਨੇ ਦਿੱਤੀ ਹੈ ਵੈਸੇ ਤਾਂ ਅਤੇ ਖੁਸ਼ ਸੀ ਮੰਮੀ ਕਾਫੀ ਬਾਕੀ ਹੁਣ ਆਪਾਂ ਅੱਗੇ ਚੱਲਦੇ ਹਾਂ ਮਤਲਬ ਘਰ ਨੂੰ ਚੱਲਦੇ ਹਾਂ ਰੋਟੀ ਰੋਟੀ ਖਾਈਏ ਕਿਉਂਕਿ ਯਾਰ ਮੈਂ ਪਿਛਲੇ 36 ਘੰਟਿਆਂ 'ਚੋਂ ਮਤਲਬ ਬਹੁਤ ਘੱਟ ਸੁੱਤਾ ਵਾਂ ਸੁੱਤਾ ਹੀ ਨਹੀਂ ਸਮਝ ਲਓ ਯਾਰ ਤੁਸੀਂ ਨਾ ਦੇ ਬਰਾਬਰ ਸੁੱਤਾ ਵਾਂ ਕਿਉਂਕਿ ਫੈਕਟਰੀ 'ਚ ਕੰਮ ਹੁੰਦਾ ਹੁਣ ਸਾਰੀ ਸਾਰੀ ਰਾਤ ਇੱਥੇ ਹੀ ਹੁੰਦੇ ਹਾਂ ਆਪਾਂ ਲਓ ਵੀ ਮਿੱਤਰੋ ਮੀਂਹ ਵੀ ਆ ਗਿਆ ਮੀਂਹ ਵੀ ਆ ਹੀ ਗਿਆ ਜਾਣੀ ਕਿ ਠੰਡ ਹੋਣੀ ਸ਼ੁਰੂ ਹੋਣੀ ਬਸ ਆ ਮੀਂਹਾਂ ਤੋਂ ਬਾਅਦ ਠੰਡ ਹੀ ਆ ਚਲੋ ਵੀ ਮਿੱਤਰੋ ਆਹੀ ਸੀਗਾ ਵਲੋਗ ਨਿੱਕਾ ਜਿਹਾ ਵਲੋਗ ਸੀ ਸਿੰਪਲ ਜਿਹਾ ਵਲੋਗ ਸੀਗਾ ਅਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰਕੇ ਜਾਇਓ ਆਪਣੇ 1000 ਸਬਸਕ੍ਰਾਈਬਰ ਹੋਣ ਵਾਲੇ ਆ ਜਲਦੀ ਤੋਂ ਜਲਦੀ ਕਰਵਾ ਦਿਓ ਅਤੇ ਮਿਲਦਾ ਕਿਸੇ ਨੈਕਸਟ ਵਲੋਗ ਵਿੱਚ ਟਿਲ ਦੈਨ ਟੇਕ ਕੇਅਰ ਟਾਟਾ ਬਾਏ ਬਾਏ